लोक इंसाफ पार्टी के प्रमुख सिमरजीत सिंह बैंस ने पंजाब सरकार की तरफ से बढ़ाई गई बिजली की दरों को लेकर पंजाब सरकार को निशाने पर लिया। साथ ही उन्होंने कहा कि सत्ता पाने के लिए कैप्टन सरकार ने जो भी वादे किए थे उनमें से उन्होंने कोई भी वादा पूरा नहीं किया। बैंस ने पंजाब में कानून व्यवस्था बिगड़े होने की बात भी कही। इस मौके उन्होंने कैप्टन सरकार सहित अन्य सियासी पार्टियों पर जमकर कटाक्ष किया। इस मौके उन्होंने क्या कुछ कहा, सुनिए। कैप्टन अमरिंदर सिंह 2017 असेंबली इलेक्शन के पंजाब के लोगों ना उद्योगपतियों नाल वादा किया सी 5 रुपये यूनिट बिजली, जबकि मिलती सी उदों 7.5-8 रुपये, तो अज बिजली मिल रही है सानू तकरीबन 11 रुपये यूनिट इंडस्ट्री नूं, ते 10 रुपये 9.5-10 रुपये घरेलू, 2.5% का वाधा उद्योग की इंडस्ट्री की कमर तोड़ देगा। ਮਾਤੜ ਲੋਕਾਂ ਨੂੰ ਰੋਜ਼ੀ ਰੋਟੀ ਦੇ ਲਾਲੇ ਪਏ ਹੋਏ ਆ। ਕੈਪਟਨ ਅਮਰਿੰਦਰ ਸਿੰਘ ਜੀ, ਯਾਦ ਕਰੋ ਵਾਅਦੇ, MLA ਦੀ ਇਲੈਕਸ਼ਨ ਤੋਂ ਬਾਅਦ, MP ਦੀ ਇਲੈਕਸ਼ਨ, MP ਦੀ ਇਲੈਕਸ਼ਨ ਤੋਂ ਬਾਅਦ ਲੋਕਾਂ ਦੇ ਉੱਤੇ ਤੁਸੀਂ ਐਡੇ ਵੱਡੇ ਬੋਝ ਪਾਓਗੇ, ਲੋਕ ਸਹਿਣ ਨਹੀਂ ਕਰ ਸਕਣਗੇ। ਸੂਬੇ ਦੇ ਅੰਦਰ ਹਾਹਾਕਾਰ ਮਚੇਗੀ, ਬੇਰੁਜ਼ਗਾਰੀ ਕਾਰਨ, ਕੰਮ ਨਾ ਹੋਣ ਕਾਰਨ ਲੋਕ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਕਰ ਰਹੇ ਆ। ਸੋ ਇਹ 2.5% ਜਿਹੜੇ ਰੇਟ ਵਧਾਏ ਆ, ਤੁਰੰਤ ਕੈਪਟਨ ਅਮਰਿੰਦਰ ਸਿੰਘ ਨੂੰ ਵਾਪਸ ਲੈਣੇ ਚਾਹੀਦੇ। ਵਿਚਾਰਾ ਜਾਖੜ ਹੁਣ ਅਸਤੀਫਾ ਦੇਵੇ ਨਾ ਦੇਵੇ, ਕਾਂਗਰਸ ਪਾਰਟੀ ਅਸਤੀਫਾ ਮਨਜ਼ੂਰ ਕਰੇ ਨਾ ਕਰੇ, ਪਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਜਿਹੜੀ ਸੰਧੀ ਆ ਉਹ ਪੂਰੀ ਤਰ੍ਹਾਂ ਜਗਜਾਰ ਹੋ ਚੁੱਕੀ। ਅੰਨੇ ਦੇ ਪੈਰ ਹੇਠ ਆ ਗਿਆ ਬਟੇਰ, ਅਤੇ ਉਹ ਸਮਝਣ ਲੱਗਿਆ ਮੈਂ ਨਿਸ਼ਾਨ ਜੀ ਹਾਂ। 5 ਸਾਲ ਦਾ ਪਿਛਲਾ ਰਿਕਾਰਡ ਭਗਵੰਤ ਮਾਨ ਦਾ, ਕੋਈ ਇੱਕ ਕੰਮ ਸੂਬੇ ਦਾ ਲੋਕ ਸਭਾ ਦੇ ਵਿੱਚੋਂ ਕਰਾ ਕੇ ਲੈ ਕੇ ਆਏ ਹੋਣ? ਬੋਲ ਲੈਣਾ, ਚੁਟਕਲੇ ਸੁਣਾ ਲੈਣੇ, ਗੱਲਾਂ ਸੁਣਾ ਲੈਣੀਆਂ ਬੜੀਆਂ ਸੌਖੀਆਂ ਨੇ, ਮਜ਼ਾਕੀਆ ਕਮੇਡੀ ਕਰ ਲੈਣੀ ਬੜੀ ਸੌਖੀ ਹੈਗੀ ਆ। ਸਟੇਟ ਹਿੱਤਾਂ ਲਈ ਭਗਵੰਤ ਮਾਨ ਜੀ ਕੀਤਾ ਕੀ ਹੈ? ਮੈਨੂੰ ਇੱਕ ਕੰਮ ਦੱਸ ਦਿਓ ਵੀ ਮੈਂ ਸਟੇਟ ਹਿੱਤ ਵਾਸਤੇ ਆਹ ਕੰਮ ਕਰਕੇ ਲੈ ਕੇ ਆਇਆ। ਸੋ ਇਹ ਭਗਵੰਤ ਮਾਨ ਪੈਰ ਹੇਠ ਬਟੇਰ ਆ ਗਿਆ, ਅੱਜ ਗੱਲਾਂ ਆਉਂਦੀਆਂ ਨੇ। ਤੁਸੀਂ ਰੁਕ ਜਾਓ, 2022 ਆਇਆ ਖੜਾ, 2022 ਦੇ ਵਿੱਚ ਸਾਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਮੈਂ ਅੱਜ ਵੀ ਨਵਜੋਤ ਸਿੱਧੂ ਨੂੰ ਕਹੂੰਗਾ ਕਿ ਤੁਸੀਂ ਨਿਡਰ ਹੋ ਜਾਓ, ਨਿਡਰਤਾ ਦੀ ਕਮੀ ਆ, ਇਮਾਨਦਾਰੀ ਤੁਹਾਡੇ ਅੰਦਰ ਕੋਈ ਕਮੀ ਨਹੀਂ, ਨਿਡਰ ਹੋ ਕੇ ਨਿੱਤਰ ਕੇ ਸਾਹਮਣੇ ਆਓ। ਅੱਜ ਵੀ ਤੁਹਾਡੇ ਵਾਸਤੇ ਪੰਜਾਬ ਦੇ ਲੋਕ ਜਿਹੜੇ ਅੱਛੇ ਇਮਾਨਦਾਰ ਲੀਡਰ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਦੇਖਣਾ ਚਾਹੁੰਦੇ ਆ। ਥੋੜ੍ਹੀ ਜਿਹੀ ਨਿਡਰਤਾ ਦੀ ਸਿੱਧੂ ਸਾਹਿਬ ਦੇ ਅੰਦਰ ਕਮੀ ਹੈਗੀ ਆ, ਕਈ ਵਾਰੀ ਜਿਹੜਾ ਡਰਪੋਕ ਪੁਣਾ ਦਿਖਾ ਜਾਂਦੇ ਆ।